आ देख ला तरनाट साला अपना काम तक कढ़ा गया, मेरा हुण फोन कट्टण लग गया। जिहड़ा बंदा मैनू इस तो रोकदा ना, गुस्सा मन चाहे गिला मन, आपां तां मित्रा ब्यो वर्गा लगदा। ਮਨਪ੍ਰੀਤ ਦੇਖ ਲੈ, ਰਾਤ ਦਾ ਕੰਜਰ ਕਿਤੇ ਗਿਆ, ਪਤਾ ਨਹੀਂ ਕਿੱਥੇ ਰਾਤ ਕੱਟੀ ਹੋਣੀ। ਮੈਨੂੰ ਤਾਂ ਸੋਚ ਲੱਗੀ ਪਈ ਆ, ਮੈਂ ਦੇਖ ਲਿਆ ਤੇਰੇ ਵੀ ਨਾ ਗਿੱਠ ਦੀ ਜ਼ਬਾਨ ਲੱਗੀ ਆ। ਤੈਨੂੰ ਬਥੇਰਾ ਕਿਹਾ ਬਈ ਨਾ ਬੋਲ ਨਾ ਕਰ ਫੋਨ, ਟਲੀ ਤੂੰ ਵੀ ਨਹੀਂ। ਮੰਮੀ ਮੈਂ ਤਾਂ ਉਹਨਾਂ ਨੂੰ ਕੁਛ ਵੀ ਨਹੀਂ ਕਿਹਾ ਸੀ, ਮੈਂ ਤਾਂ ਸਿਰਫ ਇਹ ਕਿਹਾ ਸੀ ਬਈ ਟਾਈਮ ਬਹੁਤ ਹੋ ਗਿਆ, ਸੌ ਜਾਓ ਤੁਸੀਂ। ਜਾਂ ਇਹ ਕਿਹਾ ਸੀ ਵੀ ਮੇਰਾ ਫੋਨ ਨਹੀਂ ਚੱਕਿਆ। ਨਾ ਤੈਨੂੰ ਕੀ ਲੱਗਦਾ ਕਿ ਮੈਂ ਸੁੱਤੀ ਪਈ ਸੀ? ਮੈਨੂੰ ਸਭ ਸੁਣਦਾ ਸੀ, ਮੈਂ ਬਾਹਰੇ ਖੜੀ ਸੁਣਦੀ ਸੀ ਕਿਵੇਂ ਤੇਰੀ ਜ਼ਬਾਨ ਚੱਲਦੀ ਸੀ। ਨਾ ਫਿਰ ਮੰਮੀ ਬੰਦਾ ਟਾਈਮ ਨਾਲ ਘਰੇ ਨਹੀਂ ਆ ਸਕਦਾ, ਨਾਲੇ ਆਪੇ ਗਏ ਨੇ ਆਪੇ ਆ ਜਾਣਗੇ, ਕੁਛ ਨਹੀਂ ਹੁੰਦਾ। ਹੈ ਲੈ ਦੱਸ, ਕੱਲ੍ਹ ਵਿਆਹੀ ਆਈ ਆ, ਕਿਵੇਂ ਜ਼ਬਾਨ ਚਲਾਉਂਦੀ ਮੇਰੇ ਮੂਹਰੇ? ਮੈਂ ਤਾਂ ਸੋਚਦੀ ਸੀ ਵੀ ਕਿਉਂ ਤੈਨੂੰ ਕਹਿਣਾ ਕਿਉਂ ਤੈਨੂੰ ਕਹਿਣਾ, ਪਰ ਤੂੰ ਪਹਿਲਾਂ ਵੀ ਇਸੇ ਕਰਕੇ ਨਹੀਂ ਬਸੀ, ਉੱਥੋਂ ਵੀ ਸਮਾਨ ਤਾਂ ਹੀ ਤੇਰੀ ਜ਼ਬਾਨ ਕਰਕੇ ਚੁੱਕ ਹੋਇਆ। ਕਹਿਣਾ ਤਾਂ ਮੈਂ ਚਾਹੁੰਦੀ ਨਹੀਂ ਸੀ ਪਰ ਤੂੰ ਕਹਾ ਕੇ ਹਟੀ। ਹੈਲੋ ਹੈਲੋ, ਹਾਂ ਤਰਨਾਟ ਕੀ ਹਾਲ ਆ? ਉਹ ਪਤੰਦਰਾ ਕਿੱਥੇ ਰਹਿਣਾ, ਹੁਣ ਤਾਂ ਮਿਲਦਾ ਗਿਲਦੀ ਨਹੀਂ ਤੂੰ, ਹੈਂ ਅੱਗੇ ਵਿਆਹ ਕਰਵਾ ਕੇ ਹਾਣਦਿਆਂ ਮਿਲਣੋਂ ਵੀ ਰਹਿ ਗਿਆ ਵੇ। ਅੱਛਾ ਕਿੱਥੇ, ਖੇਤ ਮੋਟਰ 'ਤੇ? ਹਾਂ ਲੈ ਮੈਂ ਤੈਨੂੰ ਮਿਲਣਾ, ਉੱਥੇ ਆ ਜਾ। ਚੱਲ ਆਇਆ ਫਿਰ ਮੈਂ, ਠੀਕ ਹੈ। ਉਹ ਕਿੱਥੇ ਆ, ਬੋਲਦੀ ਨਹੀਂ? ਹਾਂਜੀ ਹਾਂਜੀ ਆ ਗਈ, ਕੀ ਹੋ ਗਿਆ? ਮੇਰੀ ਗੱਲ ਸੁਣ ਧਿਆਨ ਨਾਲ, ਮੈਂ ਚੱਲਿਆ ਤਰਨਾਟ ਕੋਲੇ ਉਹ ਟਰਾਲੀ ਵਾਲਾ ਮਸਲਾ ਹੱਲ ਕਰਨ। ਅੱਛਾ ਚੱਲ ਮੇਰੀ ਗੱਲ ਸੁਣੋ, ਗਗਨ ਨੂੰ ਨਾਲ ਲੈ ਜਾਓ, ਉਹ ਟਰੈਕਟਰ ਚਲਾ ਕੇ ਲੈ ਜੂਗਾ, ਐਵੇਂ ਦੁਬਾਰੇ ਗੇੜੇ ਮਾਰਦੇ ਫਿਰੋਂਗੇ। ਚੱਲ ਜੇ ਮੈਂ ਲੇਟ ਹੋ ਗਿਆ ਨਾ, ਸੰਨੀ ਸੱਪਾ ਕਰਦੀ ਆਪੇ। ਕੋਈ ਨਹੀਂ, ਉਹ ਤਾਂ ਮੈਂ ਆਪੇ ਕਰ ਦੂੰਗੀ। ਬਸ ਬਸ ਠੀਕ ਹੈ। IPL ਦੇਖੋ ਹੀ ਨਾ ਬਲਕਿ ਆਪਣਾ ਓਪੀਨੀਅਨ ਦਿਓ ਅਤੇ ਬਹੁਤ ਸਾਰੇ ਨਾਮ ਜਿੱਤੋ, ਉਹ ਵੀ ਲੋਟਸ 365.in 'ਤੇ। ਇੱਥੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਰਹਿ ਗਏ ਹਨ, ਜਿਵੇਂ ਕੌਣ ਮੈਚ ਜਿੱਤੇਗਾ, ਕੌਣ ਟੌਸ ਜਿੱਤੇਗਾ। ਅਜਿਹੇ 50 ਤੋਂ ਵੱਧ ਸਵਾਲਾਂ ਦੇ ਓਪੀਨੀਅਨ ਦੇ ਕੇ ਤੁਸੀਂ ਬਹੁਤ ਸਾਰੇ ਨਾਮ ਜਿੱਤ ਸਕਦੇ ਹੋ। ਲੋਟਸ 365 'ਤੇ ਜਾ ਕੇ ਰਜਿਸਟਰ ਕਰੋ ਅਤੇ 365 ਰੁਪਏ ਦਾ ਬੋਨਸ ਪਾਓ। ਇੱਥੇ ਤੁਹਾਨੂੰ 1-to-1 24 ਘੰਟੇ ਕਸਟਮ ਸਪੋਰਟ ਮਿਲਦਾ ਹੈ। ਇੱਥੇ 10 ਮਿਲੀਅਨ ਤੋਂ ਵੀ ਜ਼ਿਆਦਾ ਯੂਜਰ ਖੇਡਦੇ ਹਨ। ਇੱਥੇ ਕ੍ਰਿਕਟ ਤੋਂ ਇਲਾਵਾ 200+ ਸਵਾਲ ਹਨ ਜਿੱਥੇ ਤੁਸੀਂ ਆਪਣਾ ਓਪੀਨੀਅਨ ਦੱਸ ਕੇ ਬਹੁਤ ਸਾਰੇ ਨਾਮ ਜਿੱਤ ਸਕਦੇ ਹੋ। ਨਵਾਜ਼ੁਦੀਨ ਸਦੀਕੀ, ਉਰਵੈਸ਼ੀ ਰੋਟੇਲਾ, ਸੁਨੀਲ ਸ਼ੈੱਟੀ, ਕਾਜਲ ਅਗਰਵਾਲ, ਨੇਹਾ ਸ਼ਰਮਾ ਵਰਗੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਮੇਨ ਅੰਬੈਸਡਰ ਹਨ। ਤਾਂ ਉਡੀਕ ਇਸ ਦੀ ਕਰ, ਸਿੱਧਾ ਜਾ ਕੇ ਹੁਣੇ ਰਜਿਸਟਰ ਕਰੋ ਲੋਟਸ 365.in 'ਤੇ। ਉਹ ਗੁਰਜੀਤ, ਓਏ ਯਾਰ ਕੀ ਹਾਲ ਹੈ? ਵਧੀਆ ਵਧੀਆ, ਤੂੰ ਦੱਸ? ਠੀਕ ਹੈ ਵਧੀਆ ਵਧੀਆ, ਤੂੰ ਦੱਸ? ਵਧੀਆ। ਕਿੱਧਰ ਆ ਰਹੇ ਤੂੰ? ਇੱਧਰ ਇੱਧਰ ਐਤਕੀ ਆ ਝਿੰਜਰਾਂ ਵਾਲਾ ਬਣਾ ਪੱਲੇ ਸੀ। ਅੱਛਾ ਤੁਸੀਂ ਲੈ ਲਿਆ ਠੇਕੇ 'ਤੇ? ਹਾਂ ਹਾਂ। ਚਲੋ ਵਧੀਆ ਕਰਿਆ ਯਾਰ, ਫਿਰ ਤਾਂ ਕਿੰਨੇ ਕਿੱਲੇ ਲੈ ਲਏ? 5 ਨੇ ਬਾਈ। ਅੱਛਾ 5, ਵਧੀਆ ਰੇਟ ਨਾਲ ਮਿਲ ਗਿਆ ਸੀ। ਚਲੋ ਵਧੀਆ ਗੱਲ ਹੈ ਫਿਰ ਤਾਂ। ਹੋਰ ਵਧੀਆ ਚੱਲਦੀ ਹੈ ਜੋਬ? ਜੋਬ 1 ਨੰਬਰ ਬਾਈ, ਬਾਕੀ ਯਾਰ ਮੈਂ ਤੇਰਾ ਇਹਸਾਨ ਕਿਵੇਂ ਭੁੱਲ ਸਕਦਾ। ਓਹੋ ਬਾਈ, ਤੂੰ ਯਾਰ ਐਂ ਕਾਹਨੂੰ ਕਹਿਣਾ ਹੁੰਦਾ, ਇਹਦਾ ਜੇ ਤੇ ਪੜ੍ਹਾਈ ਕਰੀਏ ਤਾਂ ਤੈਨੂੰ ਨੌਕਰੀ ਮਿਲ ਗਈ, ਮੈਂ ਕਾਹਦਾ ਅਹਿਸਾਨ ਕਰਤਾ? ਆਹ ਦੇਖ ਲੈ ਮੈਂ ਆਹ ਫਿਰਦਾ ਧੱਕੇ ਖਾਂਦਾ ਖੇਤਾਂ 'ਚ, ਮੈਨੂੰ ਨਾ ਮਿਲ ਗਈ। ਲੈ ਹੈ ਕਾਮਲਾ, ਧੱਕੇ ਕਿੱਥੋਂ ਖਾਂਦਾ, 5 ਕਿੱਲੇ ਠੇਕੇ 'ਤੇ ਲੈ ਰੱਖਣੇ, 10 ਕਿੱਲੇ ਤੇਰੇ ਲਵੇ ਆਪਦੇ ਨੇ, ਉਹ ਤੂੰ ਤਾਂ ਆਪਦੇ ਖੇਤ 'ਚ ਰਾਜ ਹੈ। ਬਾਕੀ ਰਹੀ ਗੱਲ ਪੜ੍ਹਾਈ ਤਾਂ ਮੈਂ ਪਹਿਲਾਂ ਵੀ ਕਰੀ ਹੋਈ ਤੀ ਬਾਈ, ਇਹ ਤਾਂ ਤੇਰੇ ਕਰਕੇ ਯਾਰ, ਤੇਰੀ ਜਾਣ ਪਛਾਣ ਤੀ ਤਾਂ ਮੈਨੂੰ ਲਵਾ ਤਾ। ਉਹ ਨਹੀਂ ਨਹੀਂ ਬਾਈ, ਉਹ ਤਾਂ ਮੇਰਾ ਫਰਜ਼ ਸੀ। ਚੱਲ ਯਾਰ ਤੂੰ ਸਾਡੇ ਇਹਨਾਂ ਗੱਲਾਂ ਨੂੰ, ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਹੈ। ਉਹ ਕਿਹੜੀ ਗੱਲ ਕਰੇਗਾ ਪਤੰਦਰਾ, ਪਹਿਲਾਂ ਵੀ ਤਾਂ ਐਂ ਕਹਿ ਕੇ ਮੈਨੂੰ ਨੌਕਰੀ 'ਤੇ ਲਵਾਇਆ, ਦੇਖੀ ਹੁਣ ਪੋਸਟ ਤਾਂ ਨਹੀਂ ਵਧਾਉਂਦਾ? ਪੋਸਟ ਤਾਂ ਹੈਗੀ ਵੱਡੀ, ਆਹ ਦੇਖ ਬਾਈ। ਲੈ ਉਹ ਇਹ ਤਾਂ ਕੁੜੀ ਹੈ, ਇਹ ਕੋਈ ਪੋਸਟ ਹੈ? ਨਾਲੇ ਹੈਗੀ ਕੌਣ ਹੈ? ਕੁੜੀ ਹੈ, ਤੂੰ ਐਂ ਦੱਸ ਕਿਵੇਂ ਲੱਗੀ? ਲੈ ਕਹਿੰਦਾ ਕਿਵੇਂ ਲੱਗੀ, ਉਹ ਮੈਨੂੰ ਦੱਸੇਗਾ ਵੀ ਹੈਗੀ ਕੌਣ ਹੈ? ਉਹ ਬਾਈ ਆਪਣੇ ਰਿਸ਼ਤੇਦਾਰੀ 'ਚੋਂ ਹੈ, ਮੈਂ ਤੇਰੇ ਵਾਸਤੇ ਰਿਸ਼ਤਾ ਦੇਖਿਆ, ਇਹ ਬਹੁਤ ਸਿਆਣੀ ਕੁੜੀ ਹੈ। ਨਾ ਨਾ ਬਾਈ ਯਾਰ, ਗੁਰਜੀਤ ਹੁਣ ਮੈਂ ਵਿਆਹ ਨਹੀਂ ਕਰਾਉਂਦਾ, ਸੱਚ ਪੁੱਛੇ ਨਾ ਬਾਈ, ਕੁੜੀਆਂ ਤਾਂ ਭਰੋਸਾ ਉੱਠਿਆ ਪਿਆ ਯਾਰ। ਲੈ ਵਿਆਹ ਤਾਂ ਕਿਵੇਂ ਨਹੀਂ ਕਰਵਾਉਂਦਾ, ਚੰਗੀ ਤੇਰੀ ਨੌਕਰੀ ਲੱਗ ਗਈ, ਚੰਗਾ ਤੂੰ ਹੁਣ ਵਧੀਆ ਤੰਦਰੁਸਤ ਹੋ ਗਿਆ,
वो तो तेनों पता है बई मैं तंदुरुस्त हो गया, पर जिहड़ी सट उहने मारी है ना वो मैं सारी जिंदगी नहीं भुल सकता। मैं मानता बई माड़ी तो उन्हें बहुत करी है, पर वो पछताऊगी भी बहुत, तेरे वर्गा हीरा बंदा लभदा नहीं बई छेती, नाले इन्ना चंगा घर बार उन्हूं होर कित्थे मिलजू बई, जिवें वो तेरे नाल करगी तू भी अपनी जिंदगी च अगे वध बई। बई दुख तो साला इस गल दा जे मैं मर भी जांदा ना तां भी छड्डियां दी कोई चक्कर नहीं थी, ज्यौंदे जी छड्ड गई मैनू पता है मैं लोगों के ताने मिने किवें जरे ने। ओए हुण छड्ड भी दे उन्हूं, वो पता नहीं कित्थे फिरदी हुण, नाले बई मैं रिश्तेदारां नूं हाँ कराया आ, हुण तेरे यार दी जमान तेरे हथ च है। तरनाट ओ तरनाट की करी जाना वे, वह पतंदरा घट लक लैंदा आ गिले ती पियांगा आ देख किवें भिजे पिया। गिला नहीं मामा ये मंजा ठंडा है। वो ठंडा हुण सुक के होगा, गिले होके ठंडा होगा। होर सुना तू तां वी उजड़ियां खड्डां च पानी पाई जाना, किवें आने होए मामा फिर महा तेरे दर्शन करे आइए। हसदा होए की हो गया ना दर्शन करनू मैं आशा रहा हूं। ये आशा उशा केड़ा होए तेन की दसा कि ओ साथ जाता नहीं वो जड़ा पीपनी जी बजाउंदा नचदा हुंदा तीवियां नाल सही पछाणे हुण मैनू किते ओहदे नाल ना रला दी। मेरी गल सुन आपदा पीपनी बजा आपदा नच सोहना तेरा घर बसाता, हुण तू घरे रहा करे इत्थे मोटर ते बैठा रहना। कादा घर बसाता मामा ने सारा दिन साली किच 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 तू आ नहीं करदा तू ओ नहीं करदा तू आ पीना आ छड़दा नहीं तू अग नहीं छड़दा हुण इक्को लागत मामा दस मैं कित्थों सुख जोल बन जा घर बसाता कहिंदा। ओ फिर तेरे आ दारू नूं रोकदी होऊगी ओह कौन नहीं रोकदा हुंदा भला हैं तू वी मामा उही गल्लां लग्गिया करन हैना तू ऐ दस मैनूं दारू पींदा कौन नहीं दुनिया पींदी है दुनिया। ओ चल भाई साडा तां सियाणे बंदे आ तैनूं समझाउण दा फर्ज बणदा हैगा हुण भाई तेरी मर्जी फिर हुण तू वी मामा उहनां मंगू चलाती किच किच तां वी तू ऐ दस मामा ਕਿਵੇਂ ਆਇਆ। ਉਹ ਆਇਆ ਤਾਂ ਮੈਂ ਭਣ ਜੇ ਇਹ ਸੀਗਾ ਵੀ ਦੇਖ ਯਾਰ ਮੇਰਾ ਤਾਂ ਖੜ ਗਿਆ ਕੰਮ ਉਹ ਖੱਡੇ 'ਤੇ ਮੈਂ ਲਾਈਆਂ ਹੋਈਆਂ ਨੇ ਟਰੈਕਟਰ ਟਰਾਲੀਆਂ ਦੋ ਟਰਾਲੀਆਂ ਨਾਲ ਕੁਛ ਬਣਦਾ ਨਹੀਂ ਮੈਂ ਸੋਚਿਆ ਜੇ ਤੇਰੇ ਵਾਲੀ ਵਿਹਲੀ ਆ ਟਰਾਲੀ ਮੇਰਾ ਕੰਮ ਹੀ ਸਾਰ ਦੇ। ਮਾਮਾ ਇਹ ਕੋਈ ਪੁੱਛਣ ਵਾਲੀ ਗੱਲ ਹੈ ਤੂੰ ਲੈ ਜਾ ਸੰਦ ਤੇਰੇ ਨੇ ਸਾਰੇ ਤੇਰੇ ਨੇ ਮੈਂ ਵੀ ਤੇਰਾ ਉਹ ਮੇਰੀ ਲੋੜ ਹੈ ਮੈਨੂੰ ਲੈ ਜਾ। ਉਹ ਭਾਣ ਜਿਆ ਸ਼ਾਬਾਸ਼ੇ ਤੇਰੇ ਤੈ ਤਾਂ ਯਾਰ ਮੇਰੀ ਟੈਨਸ਼ਨ ਏ ਦੂਰ ਕਰਤੀ। ਟੈਨਸ਼ਨ ਨਹੀਂ ਲੈਣੀ ਮੇਰੇ ਹੁੰਦੇ ਟੈਨਸ਼ਨ ਨਹੀਂ ਲੈਣੀ ਹੁਣ ਬਸ ਤੇਰੀ ਟਰਾਲੀ ਗਈ ਸਮਝ ਉਹ ਮੈਂ ਲੈ ਕੇ ਜਾ ਰਿਹਾ ਮੁੰਡੇ ਨੂੰ ਬੁਲਾਉਣਾ। ਮੈਂ ਤਾਂ ਹੋਰੇ ਪਾਸੇ ਲੈ ਗਿਆ ਦੀ ਗੱਲ ਉਹ ਤੂੰ ਤਾਂ ਯਾਰ ਪਤਾ ਨਹੀਂ ਤੂੰ ਪਤਾ ਹੀ ਨਹੀਂ ਤੇਰਾ ਲੱਗਦਾ ਹੈਗਾ। ਚੱਲ ਲੈ ਜਾ ਟਰਾਲੀ ਹੋਰ ਸੇਵਾ ਦੱਸ ਬਸ ਲੈ ਫਿਰ ਮੈਂ ਚੱਲਦਾ ਹੈਂ ਮੈਂ ਲਿਆਉਣ ਲਾਣੀ ਹੈ ਗੁੱਟ ਨਾ ਹਾਲੇ ਤਾਂ ਦਿਨ ਬਹੁਤ ਖੜੇਗਾ ਹੈ ਅੰਗੂਰ ਵਾਲੀ ਆ ਉਹ ਕਿਸੇ ਦਿਨ ਫੇਰ ਬੈਠਾਂਗੇ ਆਪਾਂ ਨਾਲੇ ਘਰੇ ਬੈਠਾਂਗੇ ਇੱਥੇ ਨਹੀਂ ਬਹਿੰਦੇ ਹੈ। ਚੱਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਹਿੰਦਾ ਘਰ ਵਸਾਤਾ ਤੇਰਾ ਪ੍ਰੀਤ ਭੈਣ ਨੂੰ ਫੋਨ ਲਾ ਕੇ ਪੁੱਛਾਂ ਵੀ ਹੁਣ ਮਨਪ੍ਰੀਤ ਦਾ ਕੀ ਹਾਲ ਆ ਵੱਸਦੀ ਆ ਸੋਰੀ ਆਪਦੇ ਸਹੀ ਨੇ ਸੋਰੀ ਉਹਦੇ ਲੈ ਰੋਜੀ ਭੈਣ ਦਾ ਫੋਨ ਆ ਗਿਆ ਹੈਲੋ
हाँ भेने सत श्रीकाल। सत श्रीकाल। सत श्रीकाल। होर किवें है? वधिया भेने वधिया। मैं तो ऐ पुछदी सी भी मनप्रीत किवें है हुण? मनप्रीत तो वधिया सुखी वसदी है, एड्डी वड्डी कोठी पाई हुई है मेरे जमाई दी। तां लै फिर तो वधिया गल आ, चंगा रिश्ता मिल गया थोनू तां। लै होर की ना, लोगों ने तो मेरी कुड़ी नूं खूच धक्का देता ती, जे किते मैं हथ पला ना मार दी ना मेरी कुड़ी तो सारी उम्र दुखी हुंदी। लै होर की ना, बीमारी ठिमारी नाल कटना बहुत औखा है। कहाँ सौखा पिया, नाले भैने तेनों तो दो विआह करने पै गए, खर्चा ही खासा हो गया होना। ना ना भैने, खर्चा कित्थे, वो तो सागन पाउन आए थे नाल ही लै गए। बहुत वधिया बंदे मिले ने सानू तां, बाकी ज्यौंदा रहे मेरा भाई जिन्हें मेरा इन्ना साथ देता। सही गल आ, नहीं इन्ना कौन करदा। हाँ सच, मुंडा की काम करदा? लै भैने काम कार की करना है, सुख नाल 20 किले जमीन देने, ओदा तां आपदी नहीं काम कार मुकदा, खेत दा वो तो आपदे घर ही राजा। लै भैने मैं तो तेरे नाल गल्लां गल्लां च भुलेगी, मिस्त्री ला रख्या करे, चाह बना के देनी है मैं, फिर करूँ तेरे नाल बेली जी होके गल। चंगा हाँ हाँ ठीक है भैने, चंगा चंगा। बन गया जी कम? ले कम क्यों नहीं बनूगा, वो मैं भी स्कीमी है पूरा, जेड़े कम नु हाथ पाला ना कर की हटदा। ले तू होर सुन ले, जदों मैं तेनू देखिया सी मैं तो फैसला कर लिया, महा भी ब्याह के लेके जाऊं तो इसे नू लेके जाऊं। चंगा तेरे कोल ना होर ही गल्लां रहंदियां, पानी लेके आ पहले मैनू ए दसो। ओ पानी पूनी नू तां रहण दे, हुण तां रोटी ही खावांगे। चल रोटी तां मैं बनाउणी है, ते ट्राली कित्थे? ओ तां तोरता गगन नू खड्डे ते लैके। ਬਾਲਾ ਤੱਤਾ ਕਾਲਾ ਸੀਗਾ, ਛੇਤੀ ਉਹਨੂੰ ਭੇਜ ਵੀ ਦਿੱਤਾ ਉੱਥੇ। ਉਹ ਆਪਣੀ ਤਾਂ ਸਰਵਿਸ ਬਹੁਤ ਫਾਸਟ ਆ। ਚੱਲ ਮੇਰੀ ਗੱਲ ਸੁਣੋ, ਮੈਂ ਤਾਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ। ਹਾਂ ਆਪਣੇ ਆਕਾਸ਼ ਵਾਸਤੇ ਰਿਸ਼ਤਾ ਆਇਆ ਸੀ, ਉਹ ਭੈਣ ਛਿੰਦਰ ਲੈ ਕੇ ਆਈ ਸੀਗੀ। ਉਹ ਤੂੰ ਕਿਉਂ ਹਲੇ ਉਹਨੂੰ ਆਹ ਪੰਗਿਆਂ 'ਚ ਪਾਉਣੀ ਆ, ਪਰ ਪੁੜ ਲੈਣ ਦੇ ਮਾੜਾ ਮੋਟਾ। ਉਹ ਮੈਨੂੰ ਐਂ ਕਹਿੰਦੀ ਸੀ, ਕਹਿੰਦੀ ਕੁੜੀ ਦੀ ਆਈਲੈਸ ਕੀਤੀ ਹੋਈ ਹੈ, 7 ਬੈਂਡ ਆਏ ਆ, ਅਤੇ ਖਰਚਾ ਕਹਿੰਦੀ ਤੁਸੀਂ ਕਰ ਦਿਓ। ਮੂਰਖਾ ਤੂੰ, ਤੂੰ ਮੈਨੂੰ ਐਂ ਦੱਸ ਵੀ ਆਪਣਾ ਮੁੰਡਾ ਨਹੀਂ ਹਾਈਲਾਈਟਸ ਕਰ ਰਿਹਾ, ਆਪਾਂ ਉਹ 'ਤੇ ਪੈਸਾ ਖਰਚਾਂਗੇ, ਉਹ ਕਿਸੇ ਦੀ ਕੁੜੀ 'ਤੇ ਕਿਉਂ ਖਰਚਾਂਗੇ? ਨਾਲੇ ਇਹਨਾਂ ਕੁੜੀਆਂ ਦਾ ਕੀ ਭਰੋਸਾ, ਇੱਧਰੋਂ ਖਰਚਾ ਕਰਵਾ ਜਾਂਦੀਆਂ ਨੇ, ਉੱਧਰ ਜਾ ਕੇ ਹੋਰ ਨਾਲ ਫਿਰੀ ਜਾਂਦੀਆਂ ਨੇਗੀਆਂ, ਫਿਰ ਇੱਧਰੋਂ ਆ ਮੁੰਡੇ ਆਪਣੇ ਖੁਦਕੁਸ਼ੀਆਂ ਕਰੀ ਜਾਂਦੇ ਨੇਗੇ। ਆਪਾਂ ਨਹੀਂ ਐਂ ਕਰਨਾ, ਪੜ੍ਹ ਲੈਣ ਦੇ ਉਹਨੂੰ। ਉਹ ਤਾਂ ਗੱਲ ਠੀਕ ਹੈ, ਮੈਂ ਤਾਂ ਫਿਰ ਉਹਨੂੰ ਐਂ ਕਹਿਤਾ ਵੀ ਕੋਈ ਨਹੀਂ ਘਰੋਂ ਸਲਾਹ ਕਰਕੇ ਦੱਸਾਂਗੇ ਭਾਈ ਤੈਨੂੰ। ਆਹੋ ਜਵਾਬ ਦੇ ਦੀ ਬਸ। ਚੱਲ ਠੀਕ ਹੈ, ਮੈਂ ਕਹਿ ਦੂੰਗੀ ਭਾਈ ਸਾਡਾ ਮੁੰਡਾ ਤਾਂ ਪੜ੍ਹੀ ਜਾਂਦਾ। ਹਾਂ ਹਾਂ ਕਹਿ ਭਾਈ ਹਜਲੀ ਨਹੀਂ ਅਸੀਂ ਲੈਣਾ। ਚੱਲ ਬਣਾ ਮੈਂ ਰੋਟੀ ਤੇਰੇ ਵਾਸਤੇ। ਹਾਂ ਹਾਂ ਰੋਟੀ ਬਣਾ ਲਾ। ਆਈ ਉਹ ਤੂੰ ਚਾਹ ਪੀ ਲੈ। ਲੈ ਬੇਬੇ। ਕੀ ਸੋਚੀ ਸੀ ਜਾਨੇ? ਕੁਛ ਨਹੀਂ ਬੇਬੇ, ਮੈਂ ਤਾਂ ਇਹ ਸੋਚਦਾ ਸੀ ਹਾਂ ਵੀ ਮਾੜਾ ਟਾਈਮ ਆਉਂਦਾ ਤਾਂ ਇਹ ਵੀ ਚੰਗੇ ਖਾਤਰ ਹੀ ਆਉਂਦਾ। ਓਹੋ ਤਾਰੀ, ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਇਹ ਛੋਟੇ ਛੋਟੇ ਗੱਲਾਂ ਤੂੰ ਦਿਮਾਗ ਦੇ ਵਿੱਚੋਂ ਕੱਢ ਦਿਆ ਕਰ, ਹਰ ਟਾਈਮ ਤੂੰ ਦਿਮਾਗ 'ਚ ਵਾੜੀ ਰੱਖਦਾ। ਚੱਲ ਫਿਰ ਵੀ ਬੇਬੇ ਆਪਦੇ ਨਾਲ ਦਿਆਂ ਦਾ ਪਤਾ ਲੱਗ ਜਾਂਦਾ ਵੀ ਆਪਦੇ ਨਾਲ ਕਿਹੜਾ ਨਾਲ ਖੜੂਗਾ ਕਿਹੜਾ ਨਹੀਂ ਖੜਦਾ। ਕੋਈ ਨਾ ਪੁੱਤ, ਮਾੜੇ ਟਾਈਮ 'ਚ ਤਾਂ ਕੋਈ ਉਹ ਖੜਦਾ ਹੁੰਦਾ, ਸਾਰੇ ਨਹੀਂ ਖੜਦੇ ਹੁੰਦੇ। ਚੱਲ ਤੂੰ ਖੜੀ ਕਾ ਤੂੰ ਬਹਿ ਜਾ, ਨਾਲੇ ਮੈਂ ਇੱਕ ਐਂ ਸੋਚਦਾ ਸੀ ਮੈਨੂੰ ਐਂ ਦੱਸ ਘਰੇ ਪੈਸਿਆਂ ਦੀ ਲੋੜ ਤਾਂ ਨਹੀਂ? ਕੀ ਗੱਲ? ਗੱਲ ਤਾਂ ਕੁਛ ਨਹੀਂ ਮਾਤਾ, ਮੈਂ ਐਂ ਕਹਿੰਦਾ ਸੀ ਵੀ ਤਨਖਾਹ ਮਿਲੀ ਹੈ, ਆ ਗੁਰਜੀਤ ਨੇ ਉਹਦਾ ਦਵਾਈ ਲਿਆਉਣ ਵੇਲੇ ਪੈਸੇ ਦਿੱਤੇ, ਦੇਖ ਆਪਾਂ ਨੂੰ ਵੀ ਮੈਂ ਉਹਦੇ ਲਾ ਦਿੰਦਾ। ਕੋਈ ਨਾ ਪੁੱਤ, ਤੂੰ ਗੁਰਜੀਤ ਨੂੰ ਪੈਸੇ ਦੇ ਦੇ, ਤੈਨੂੰ ਪਤਾ ਹੈ ਤੇਰੇ ਨਾਲ ਦਵਾਈ ਬੂਟੀ ਲੈਣ ਵਾਸਤੇ ਉਹ ਨਾਲ ਫਿਰੇਗਾ ਹੁਣ ਤੱਕ, ਅਗਲੇ ਦੀ 100 ਕਬੀਲਦਾਰੀ ਹੁੰਦੀ ਹੈ, ਮੈਂ ਘਰੇ ਆਪੇ ਸਾਰ ਲੂੰਗੀ, ਤੂੰ ਪੈਸੇ ਦੇ ਦੇ। ਚੱਲ ਫਿਰ ਵੀ ਜੇ ਲੋੜ ਹੈ ਤਾਂ ਦੱਸ ਦੇ ਮੈਨੂੰ, ਅਗਲੀ ਤਨਖਾਹ 'ਚੋਂ ਦੇ ਦੇ। ਕੁਛ ਨਹੀਂ ਹੁੰਦਾ ਪੁੱਤ, ਘਰੇ ਤਾਂ ਤੈਨੂੰ ਪਤਾ ਹੀ ਹੈ ਅੱਗੇ ਵੱਧ ਘੱਟ ਚੱਲੀ ਹੋ ਜਾਂਦੇ ਹੁੰਦੇ ਨੇ, ਤੂੰ ਅਗਲੇ ਦਾ ਡੰਗ ਸਾਰ ਦੇ। ਉਹ ਤਾਂ ਵਿਚਾਰਾ ਆਪਣੇ ਮਾਨਸ ਨੇ ਇੱਕ ਵਾਰੀ ਮੰਗੇ ਵੀ ਨਹੀਂ ਮੇਰੇ ਤੋਂ। ਜੇ ਨਹੀਂ ਮੰਗੇ ਪੁੱਤ, ਆਪਾਂ ਨੂੰ ਕੱਲ੍ਹ ਨੂੰ ਫੇਰ ਵੀ ਲੋੜ ਹੈ। ਨਾ ਉਹ ਤਾਂ ਹੈਗੀ, ਅਗਲਾ ਭੱਜ ਕੇ ਪੈਸੇ ਦਿੰਦਾ ਜੇ ਆਪਾਂ ਅਗਲੇ ਦੇ ਮੋੜਾਂਗੇ। ਉਹ ਤਾਂ ਬੰਦਾ ਹੀ ਬਹੁਤ ਵਧੀਆ ਬੇਬੇ, ਮੈਨੂੰ ਤਾਂ ਉਹਦਾ ਰੱਬ ਵਰਗਾ ਸਾਰਾ ਹੈ ਜਿਹੜਾ ਆਪਣੇ ਨਾਲ ਖੜ ਗਿਆ। ਹਾਂ ਪੁੱਤ, ਹੁਣ ਤਾਂ ਤੈਨੂੰ ਉਸਦਾ ਸਾਰਾ ਰਹੇਗਾ ਜਿਹੜੇ ਤੇਰੇ ਨਾਲ ਖੜਦਾ ਹੈ। ਉਹੀ ਤਾਂ ਗੱਲ। ਹਾਂ ਕੋਈ ਖੜਿਆ ਵੀ ਨਹੀਂ ਬੁਰੇ ਟਾਈਮ 'ਤੇ, ਉਹੀ ਖੜਿਆ ਤੇਰੇ ਨਾਲ। ਕੋਈ ਗੱਲ ਨਹੀਂ, ਪੈਸੇ ਪਿੱਛੇ ਨਾਲੇ ਫਰਕ ਪੈ ਜਾਂਦਾ ਹੁੰਦਾ। ਨਾ ਇਹ ਤਾਂ ਚੱਲ ਮੈਂ ਪੁੱਛੂਗਾ ਵੀ ਭਾਈ ਜੇ ਵੱਧ ਦੀ ਲੋੜ ਹੈ ਤਾਂ ਹੁਣ ਦੱਸ ਦੇ, ਚੱਲ ਹੁਣ ਤਾਂ ਆਪਣਾ ਹੱਥ ਵੀ ਠੀਕ ਹੈ ਦੇ ਦਾਂਗੇ। ਹਾਂ ਕੋਈ ਨਹੀਂ ਠੀਕ ਹੈ। ਚੱਲ ਫਿਰ ਮੈਂ ਚਾਹ ਪੀ ਕੇ ਫੜਾਈ ਆਉਣਾ ਬੇਬੇ। ਹਾਂ ਫਿਰ ਤੂੰ ਦੇ ਆ। ਤੂੰ ਐਂ ਕਰ, ਫਿਰ ਲਿਆ ਕੇ ਦੇ ਮੈਨੂੰ ਅਲਮਾਰੀ 'ਚ ਪਏ। ਕੋਈ ਲਿਆ ਦਾ ਨਹੀਂ।
ਇਹ ਲੈ ਜਾ ਲਈ ਘੁੱਟ। मैं कुछ पूछा थोड़े तो हाँ। इन्ने पैसे कित्थों आया? जित्थों मर्जी आना, टैंकी लेना ना लेना क्यों नहीं, मैं थोड़े घर वाली हाँ, कोई कट के नहीं लेके आए मैनू, व्याह के लेके आए सी ना। जे तू घर वाली है फिर गलियां करेंगी मेरे सर चा। चल चल काम कर ला, पहला मैनू दसो भी इन्ने पैसे आए कितों आ थोड़े कोले। मैनू नहीं दसते तुसी, मैं मम्मी नू बुलाउनी आ। मम्मी मम्मी टिक जा, क्यों जुलूस कढ़दी आ हुण की अग लग गई। मम्मी आ इन्ना कोले इन्ने पैसे कितों आए आ? दस वे मुंडिया कितों आए पैसे तेरे कोले इन्ने? होय होय किते को पुट्ठा सिद्धा कम तां नहीं कर लिया? खुश है देखिया मम्मी देखिया किन्ने हौसले नाल दसदा भी मैं किला वेचता। मैंने तो पहले ही पता सी कोई ना कोई चंद चाड़ के ही आया होना। चाहे मैं चंद चाड़ा चाहे चाड़ा मैं सूरज, मेरी जमीन है मैं बेचू। ठीक है तुसी दस की लेना भाई, आई बेचू। हाय वे रब्बा की हो गया तेरी मत नू, क्यों सारा घर खूजे लाने ते हो गया तू? खूजे नहीं लक्कड़ चाड़ू, लक्कड़ सारे करते लक्कड़। बेहो जही लक्कड़ तो की करोना जड़ी जमीन बेच के चाड़ी। पुत लक्कड़ ने रोटी नहीं देनी, तू मेनू ये दस दे पे जमीन बेची केनू आ? मैं जिनू मर्जी बेचा, तुसी लेना की है मेरे यारो? मेनू आए तो दसो ना, होर चाड़ लो इनू सिर। अज तक एक किला बेचा, कल सारी जमीन बेच के आऊगा। नहीं बस कर, तू तो ना ही बोल ना। तू उस दिन लड़दी ना कारा हुंदा ना वो घरों जांदा ना जमीन बेचदा, ये सब तेरिया मेहरबानियां है तेरिया ना। मैनू ये नहीं समझ आती मम्मी भी मेरे बोलन नाल हो की गया। मैं ये तो नहीं कहा सी भी जमीन बेच आवे आपदी, ये तो सारी जमीन बेच के अग ला दू। कंगाल होके बैठ जाओ। ओ चुप मेरे सोने, तेन कंधर पटका पटका के मरूंगा। दिमाग की भाण गड़ती भुल गया किन्ने पैसे देने के दलाल नूं। बग जा मेरी अखां तों दूर। किधर किधर बे, शर्म कर ला माड़ी माटी शर्म। डब के मरना, 40 साल हो गए इस घर च आई नूं, एक कनाल जमीन नहीं सी कदी बेची, ना इहदे प्यो ने ना इहने। आ जिद्दण दी तू व्याही आ गई ना, सिद्धे किले विकण लग पए साडे माड़े पैड़े वाली। देख किवें चलत्तर करदी आ मगरमच्छ दे हंजू, मैं की जानदी नहीं। रब्बा की हो गया, केदी नजर लग गई मेरे घर नूं, मेरा सोने अरगा पुत नशे ने खा लिया। रब्बा क्यों मेरी इन्नी माड़ी किस्मत लिखी तू? मैं की बुरा कीता सी तेरा।